ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਗਰੀਬਾਂ ਦੇ ਕਲਿਆਣ ਲਈ ਵਚਨਬੱਧ ਹੋ ਕੇ ਕੰਮ ਕਰਦੀ ਰਹੇਗੀ ਅੱਜ ਇੱਕ ਟਵੀਟ ਵਿੱਚ ਮੋਦੀ ਨੇ ਕਿਹਾ ਕਿ ਦਿੱਲੀ ਦੇ ਕਾਲਕਾਜੀ ਦੀਆਂ ਉਹਨਾਂ ਮਾਵਾਂ ਤੇ ਭੈਣਾਂ ਦੇ ਪੱਤਰਾਂ ਨੂੰ ਹਾਸਲ ਕਰਕੇ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਨੇ ਜਿਨ੍ਹਾਂ ਮਹਿਲਾਵਾਂ ਨੂੰ ਜਿੱਥੇ ਝੁੱਗੀ ਉੱਥੇ ਮਕਾਨ ਸਕੀਮ ਹੇਠ ਪੱਕੇ ਘਰ ਮਿਲੇ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਜੱਦ ਉੱਥੇ ਗਏ ਤਾਂ ਮਹਿਲਾਵਾਂ ਨੇ ਇਹ ਪੱਤਰ ਉਹਨਾਂ ਨੂੰ ਸੌਂਪੇ ਜਿਸ ਵਿੱਚ ਉਹਨਾਂ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਏ ਉਹ ਦੱਸਦੀਆਂ ਨੇ ਕਿ ਕਿਵੇਂ ਇਸ ਸਕੀਮ ਰਾਹੀ ਉਹਨਾਂ ਦਾ ਸਾਲਾਂ ਪੁਰਾਣਾ ਸੁਪਨਾ ਸਾਕਾਰ ਹੋਇਆ ਏ ਤੇ ਪੂਰੇ ਪਰਿਵਾਰ ਦਾ ਜੀਵਨ ਆਸਾਨ ਬਣਿਆ ਏ ਪ੍ਰਧਾਨ ਮੰਤਰੀ ਨੇ ਇਸ ਪ੍ਰਧਾਨ ਮੰਤਰੀ ਦੇ ਇਸ ਟਵੀਟ ਨੂੰ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਵੀ ਸਾਂਝਾ ਕੀਤਾ ਏ